श्री मुक्तसर साहब के अबोहर रोड बाईपास विखे बीती देर रात घरेलू कलेश दे चलदिआं प्यो ने पुत्र दा सबल मार के कतल कर दिता। मृतक की पहचान बलविंदर सिंह वजों हुई है। जानकारी अनुसार मृतक बलविंदर सिंह ते उसका पिता बूटा सिंह घर विच इकल्ले रहिंदे सन, जबकि बलविंदर की पत्नी घरेलू कलेश दे चलदिआं पिछले चार सालों तो अपने दो बच्चों नाल पेके पिंड लखेवाली विखे रह रही थी। इस संबंधी SHO थाना सिटी मुक्तसर साहब मोहन लाल ने दस्सिआ कि पुलिस वल्लों दोषी खिलाफ मामला दर्ज करके जांच शुरू कर दी गई है। ਨਾਮ ਕੀ ਆ ਤੁਹਾਡਾ ਔਰ ਕੀ ਹੋਇਆ ਕੀ ਹੈਗਾ? ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਇੱਥੇ ਹੈ ਹੀ ਨਹੀਂ ਸੀਗੀ। ਅੱਛਾ, ਜੋ ਕੌਣ ਸੀਗੇ ਤੁਹਾਡੇ ਉੱਥੇ ਘਰੇ, ਕੌਣ ਸੀਗਾ ਔਰ ਤੁਹਾਨੂੰ ਕਦ ਪਤਾ ਕਿਵੇਂ ਲੱਗਿਆ ਹੈਗਾ? ਸਾਨੂੰ ਫੋਨ ਕੀਤਾ ਸੀ ਤਾਂ ਪਤਾ ਲੱਗਾ। ਅੱਛਾ, ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਪਾਸੇ ਰਹਿੰਦੇ ਮੁੰਡੇ ਨੂੰ? 4 ਸਾਲ ਹੋ ਗਏ। ਓਕੇ, ਤੇ ਤੁਹਾਨੂੰ ਹੁਣ ਕਿੰਨੇ ਫੋਨ ਕੀਤਾ ਤੇ ਕੀ ਦੱਸਿਆ? ਥਾਣੇ ਵਾਲਿਆਂ ਨੇ ਦੱਸਿਆ ਸੀ ਇਹਦੇ ਘਰੇ ਲੜਾਈ ਹੋ ਗਈ ਤੇ ਤੁਸੀਂ ਜਲਦੀ ਪਹੁੰਚੇ। ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ ਜੀ? 7 ਸਾਲ ਹੋ ਗਏ। ਤੇ ਬੱਚੇ ਕਿੰਨੇ ਤੁਹਾਡੇ? 2। ਤੁਸੀਂ ਜਿਹੜੇ ਲੱਖਿਆ ਨਹੀਂ ਗਏ ਹੋ, ਕਿੰਨਾ ਟਾਈਮ ਹੋ ਗਿਆ ਜੀ? 4 ਸਾਲ ਹੋ ਗਏ। ਕੀ ਨਾਮ ਜੀ ਤੁਹਾਡੇ ਘਰ ਵਾਲੇ ਦਾ ਜੀ? ਬਲਵਿੰਦਰ ਸਿੰਘ। ਬਲਵਿੰਦਰ ਸਿੰਘ ਉਹ ਕਿਵੇਂ ਆਏ ਹੈਗੇ ਥਾਣੇ ਜਿਹੜੇ ਹੈਗੇ? ਮੇਰਾ ਨਾਮ ਹਰਮੇਲ ਸਿੰਘ ਹੈ ਜੀ, ਪਿੰਡ ਲੱਖਿਆ ਸਰਪੰਚ ਆ ਮੈਂ। ਹੋਇਆ ਕੀ ਹੈ ਬਈ ਜੀ? ਹੋਇਆ ਇਹ ਹੈ ਜੀ, ਇਹ ਗੁੜੀਆ ਪੱਪੂ ਸਿੰਘ ਦੀ ਗੁੜੀਆ ਵਿਆਹੀ ਇੱਥੇ ਮੁਕਤਸਰ ਸਾਹਿਬ ਜੀ, ਅਤੇ 6-7 ਸਾਲ ਹੋ ਗਏ ਇਹਨੂੰ ਵਿਆਹੀ ਨੂੰ ਇੱਥੇ। ਅਤੇ ਇਹਨਾਂ ਦਾ ਕੋਈ ਘਰੇਲੂ ਝਗੜਾ ਹੋਣ ਕਰਕੇ ਲੱਖਿਆ ਰਹਿ ਰਹੀ ਸੀ ਉਹਦੇ ਮਾਂ ਪਿਓ ਕੋਲ। ਅੱਜ ਸਾਨੂੰ ਇਹ ਸੁਬਾਹ ਪਤਾ ਲੱਗਿਆ ਵੀ ਆ ਇਹ ਦੋਨੇ ਪਿਓ ਪੁੱਤ ਰਹਿੰਦੇ ਸੀ ਅਤੇ ਮੁਕਤਸਰ ਆਪਦੇ ਘਰ ਵਿੱਚ, ਸਾਨੂੰ ਇਹ ਸੁਬਾਹ ਪਤਾ ਲੱਗਿਆ ਵੀ ਉਹਨਾਂ ਦੇ ਕੋਈ ਆਪਦੇ ਘਰੇਲੂ ਝਗੜਾ ਹੋ ਕੇ ਕੋਈ ਉਹਨਾਂ ਦਾ ਲੜਾਈ ਹੋਈ ਆ, ਇਸ ਕਰਕੇ ਅਸੀਂ ਅੱਜ ਜਦੋਂ ਪਤਾ ਲੱਗਿਆ ਥਾਣੇ ਇੱਥੇ ਹੁਣ ਲੱਖਿਆ ਜੀ ਮੁਕਤਸਰ ਪਹੁੰਚੇ ਜੀ, ਉਹਦਾ ਸਾਨੂੰ ਇੱਥੇ ਆਏ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਡੈਥ ਹੋ ਗਈ ਜੀ। ਪੁਲਿਸ ਨੇ ਤੱਕ ਸਾਨੂੰ ਉਹਨਾਂ ਨੇ ਕੋਈ ਨਹੀਂ ਗੱਲਬਾਤ ਕੀਤੀ ਜੀ, ਅਸੀਂ ਤਾਂ ਜੀ ਆ ਕੇ ਹੁਣੇ ਆਏ ਹਾਂ ਜੀ। ਸਾਨੂੰ ਹੁਣੇ ਇਤਲਾਹ ਮਿਲੀ ਸੀ ਕਿ ਬਲਵਿੰਦਰ ਸਿੰਘ ਨਾਲ ਉਹਦਾ ਫਾਦਰ ਬੁੱਟਾ ਸਿੰਘ ਹੈ, ਇਹਨਾਂ ਦਾ ਆਪਸੇ ਰਾਤ ਨੂੰ ਕੋਈ ਤਕਰਾਰ ਹੋਇਆ ਤਾਂ ਬੁੱਟਾ ਸਿੰਘ ਨੇ ਤੱਬਲ ਨਾਲ ਵਾਰ ਕਰਕੇ ਆਪਦੇ ਬੇਟੇ ਨੂੰ ਮਾਰਤਾ। ਮੌਕੇ 'ਤੇ ਪੁੱਜਿਆ ਅਤੇ ਤਫਤੀਸ਼ ਕਰਕੇ ਅਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰਨ ਚਲੇ ਜਾਂਦੇ। ਡੈਡ ਬੋਡੀ ਨੂੰ ਅਸੀਂ ਕਬਜ਼ੇ 'ਚ ਲੈ ਲਿਆ, ਇਹਦਾ ਪੋਸਟਮਾਰਟਮ ਕਰਵਾਇਆ ਜੀ। ਕਾਰਨ ਅਜੇ ਤਫਤੀਸ਼ ਆਉਣ 'ਤੇ ਸਾਹਮਣੇ ਆਉਣ 'ਤੇ ਪਤਾ ਲੱਗ। ਰਾਤ ਦੀ ਹੈ ਇਹ, ਅਸੀਂ ਤਾਂ ਹੁਣ ਮੌਕੇ 'ਤੇ ਆਏ, ਅਸੀਂ ਤਾਂ ਕਰਾਂਗੇ। ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।